ਹਾਂਜੀ ਅੱਜ ਫਿਰ ਆਪਣੇ ਘਰ ਦੇਖੋ ਹੈ ਨਾ ਕਿੱਡਾ ਵੱਡਾ ਸੱਪ ਨਿਕਲਿਆ, ਕਈ ਦਿਨ ਪਹਿਲਾਂ ਵੀ ਨਿਕਲਿਆ ਸੀਗਾ। ਤੁਸੀਂ ਮੇਰਾ ਘਰ ਦੇਖਿਆ ਹੈ ਨਾ, ਜਿਨ੍ਹਾਂ ਨੇ ਮੇਰੀ ਹੋਮ ਟੂਰ ਦੀ ਵੀਡੀਓ ਦੇਖੀ, ਬਿਲਕੁਲ ਅੰਦਰੋਂ ਸਾਰਾ ਪੱਕਾ ਹੈ ਨਾ, ਬਾਹਰ ਦੋ ਦੋ ਗੇਟ ਲੱਗੇ ਨੇ, ਕੁਛ ਨਹੀਂ ਜਾ ਸਕਦਾ, ਅੰਦਰੋਂ ਸਿੰਕਾਂ 'ਚੋਂ ਹੀ ਨਿਕਲੇ ਆ ਰਹੇ ਨੇ ਨਾ। ਅਸੀਂ ਤਾਂ ਸੱਪਾਂ ਤੋਂ ਇੰਨਾ ਡਰ ਗਏ, ਅਸੀਂ ਸੋਚਿਆ ਵੀ ਹੁਣ ਘਰ ਦੀ ਸਫਾਈ ਕਿਉਂ ਨਾ ਕੀਤੀ ਜਾਵੇ, ਕਿਉਂਕਿ ਗਰਮੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਨਾ, ਧਰਤੀ ਦੇ ਵਿੱਚੋਂ ਸੱਪ ਬਾਹਰ ਆ ਰਹੇ ਨੇਗੇ। ਦੇਖੋ ਹੁਣ ਬਾਹਰ ਤਾਂ ਕਿਤੇ ਕੱਚਾ ਹੈ ਨਾ ਹੈ ਨਹੀਂ ਗਾ, ਪਰ ਅੰਦਰੋਂ ਸਿੰਕ ਨੇ ਜਿਹੜੇ ਆਪਣੇ ਹੈ ਨਾ ਪਾਈਪਾਂ ਰਾਹੀਂ ਪਤਾ ਨਹੀਂ ਕਿੱਥੋਂ ਦੀ ਹੈ ਨਾ ਅੰਦਰ ਆਈ ਜਾਂਦੇ ਹੈਗੇ। ਅਸੀਂ ਤਾਂ ਫਿਰ ਨਾ ਲੱਗੇ ਬੱਚੇ ਲਾਏ ਨਾਲ ਸਾਰੇ ਸੋਫੇ ਵਗੈਰਾ ਡਰਾਇੰਗ ਰੂਮ 'ਚੋਂ, ਵੀ ਇੱਕ ਵਾਰੀ ਹੈ ਨਾ ਚਲੋ ਆਪਣੀ ਸੇਫਟੀ ਤਾਂ ਜ਼ਰੂਰੀ ਹੈ, ਸੱਪ ਵੀ ਇੰਨੇ ਖਤਰਨਾਕ ਨੇ ਨਾ ਜਿਹਨੂੰ ਕਿੰਗ ਕੋਬਰਾ ਕਹਿੰਦੇ ਨੇ, ਉਹ ਸੱਪ ਨੇਗੇ। ਅਤੇ ਅਸੀਂ ਫਿਰ ਸਾਰੇ ਬੈੱਡ ਵਗੈਰਾ ਖਾਲੀ ਕਰਕੇ, ਦੇਖੋ ਗਰਮੀ ਵੀ ਬਹੁਤ ਹੈ, ਕਹਿੰਦੇ ਰੋਟੀ ਖਾਣੀ ਬੰਦ ਕਰ ਲਾਂਗੇ, ਪਰ ਸਫਾਈ ਬਿਨਾਂ ਨਹੀਂ ਸਰਦਾ ਨਾ। ਅਤੇ ਮੈਂ ਪਾਪਾ ਜੀ ਹੋਰਾਂ ਨੂੰ ਹੱਸਣ ਲੱਗ ਗਈ ਵੀ ਜਿਹੜੇ ਹੈ ਨਾ ਪਹਿਲਾਂ ਘਰ ਹੁੰਦੇ ਸੀ, ਇੱਕ ਵਾਰੀ ਲਿਪ ਕੇ ਕਹਿ ਦਿੰਦੇ ਸੀ ਵੀ ਅਸੀਂ ਕੰਮ ਕਰਦੀਆਂ ਸੀ ਮੰਮੀ ਹੋਰੀਆਂ, ਵੀ ਉਹਨੂੰ 6-6 ਮਹੀਨੇ ਨਾ ਹੱਥ ਲਾਉਣ ਦੀ ਲੋੜ ਨਹੀਂ ਸੀਗੀ, ਅਤੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਰਗੜ ਰਗੜ ਕੇ ਥੱਕ ਜਾਈਦਾ ਗਾ, ਅਤੇ ਫਿਰ ਵੀ ਇਹ ਸਾਫ਼ ਨਹੀਂ ਹੁੰਦੇ ਹੈਗੇ। ਤਾਂ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਸਾਰੇ ਘਰ ਨੂੰ ਸਰਫ਼ ਪਾ ਪਾ ਕੇ ਚੰਗੇ ਤਰੀਕੇ ਨਾਲ ਸਾਫ਼ ਕੀਤਾ, ਅਤੇ ਉੱਪਰ ਵੀ ਮੈਂ ਘੋੜੀ ਲਗਾ ਕੇ, ਦੇਖੋ POP ਨੂੰ ਹੈ ਨਾ ਇੰਨੀ ਇੰਨੀ ਮਿੱਟੀ ਜੰਮ ਜਾਂਦੀ ਹੈ, ਉਦੋਂ ਤਾਂ ਆਪਾਂ ਸ਼ੌਂਕ ਨਾਲ ਇਹਨਾਂ ਡਿਜ਼ਾਇਨ ਪਵਾਉਂਦੇ ਹਾਂ, ਪਰ ਇਕੱਲੇ ਬੰਦੇ ਨੂੰ ਸਫਾਈਆਂ ਕਰਨੀਆਂ ਬਹੁਤ ਔਖੀਆਂ ਨੇ। ਅਤੇ ਮੈਨੂੰ ਬੱਚੇ ਵੀ ਹੱਸਣ ਲੱਗ ਗਏ, ਕਹਿੰਦੇ ਮੰਮੀ ਤੇਰੇ 'ਤੇ ਉਹ ਗਾਣਾ ਸੂਟ ਕਰਦਾ, ਜੱਟ ਪੁੱਟਿਆਂ ਕੰਮਾਂ ਦਾ ਸ਼ੌਂਕੀ ਹੈ ਨਾ। ਅਤੇ ਦੇਖੋ ਪਹਿਲਾਂ ਵਾਂਗੂ ਲਿੱਪਾ ਪੋਚੀ ਹੈ ਨਾ ਉੱਦਾਂ ਹੀ ਕਰਨੀ ਪੈਂਦੀ ਹੈਗੀ, ਫਿਰ ਮੰਮੀ ਨੇ ਥੋੜ੍ਹੀ ਜਿਹੀ ਹਿੰਮਤ ਕੀਤੀ ਅਤੇ ਰੋਟੀ ਬਣਾ ਤੀ ਅੱਜ, ਫਿਰ ਸਾਨੂੰ ਲੱਗੀ ਭੁੱਖ, ਅਤੇ ਅੱਜ ਮਿੱਸੀ ਰੋਟੀ ਪਿਆਜ਼ ਹਰੀ ਮਿਰਚ ਅਤੇ ਮੱਖਣ ਅਤੇ ਰਾਇਤੇ ਦੇ ਨਾਲ ਹੈ ਨਾ ਦਹੀਂ ਦੇ ਨਾਲ ਅਸੀਂ ਨੇ ਖਾਧੀ। ਅਤੇ ਰੋਟੀ ਵੈਸੇ ਮੈਂ ਨਾ ਖਾਂਦੀ ਨਹੀਂ ਹੁੰਦੀ, ਲੇਟ ਖਾਂਦੀ ਹੁੰਦੀ ਹੈਗੀ, ਅਤੇ ਅੱਜ ਮੰਮੀ ਕਹਿੰਦੇ ਵੀ ਤੁਸੀਂ ਖਾ ਲਓ ਵੀ ਭੁੱਖ ਲੱਗੇ, ਬੱਚੇ ਵੀ ਹੈ ਨਾ ਤੁਹਾਨੂੰ ਪਤਾ ਹੀ ਹੈ ਵੀ ਭੁੱਖ ਬਰਦਾਸ਼ਤ ਨਹੀਂ ਕਰਦੇ। ਅਤੇ ਰੋਟੀ ਖਾ ਕੇ ਫਿਰ ਉਸ ਤੋਂ ਬਾਅਦ, ਕਿਉਂਕਿ ਪਹਿਲਾਂ ਥੱਕੇ ਹੋਏ ਸੀ ਜਦੋਂ ਬੈਠ ਗਏ, ਮੋਰਨਿੰਗ ਟਾਈਮ ਵੀ ਪਹਿਲਾਂ ਡੰਗਰਾਂ ਪਸ਼ੂਆਂ ਦਾ ਧਾਰਾਂ ਵਗੈਰਾ ਨਾ ਸਾਰੀਆਂ ਕੱਢੀਆਂ, ਅਤੇ ਹਸਬੈਂਡ ਜੀ ਜਲਦੀ ਚਲੇ ਗਏ ਸੀਗੇ, ਅਤੇ ਇਕੱਲੇ ਨੂੰ ਤੁਹਾਨੂੰ ਪਤਾ ਸਾਰਾ ਕੰਮ ਕਰਦੇ ਕਰਦੇ ਥੱਕ ਗਏ ਨਾ। ਫਿਰ ਅਸੀਂ ਸੋਚਿਆ ਵੀ ਚਲੋ, ਬੱਚੇ ਕਹਿੰਦੇ ਮੰਮੀ ਕਹਿੰਦੇ ਡਰਾਇੰਗ ਰੂਮ ਦੀ ਕਹਿੰਦੇ ਲੁੱਕ ਚੇਂਜ ਕਰਦੇ ਹਾਂ, ਕਿਉਂਕਿ ਜਦੋਂ ਹੈ ਨਾ ਐਂ ਡਰਾਇੰਗ ਰੂਮ ਜਾਂ ਆਪਾਂ ਬੈਡਰੂਮ ਦਾ ਨਾ ਚੇਂਜ ਜਾਂ ਕਰ ਦਈਏ, ਬੜਾ ਸੋਹਣਾ ਸੋਹਣਾ ਲੱਗਦਾ, ਇੱਦਾਂ ਲੱਗਦਾ ਹੁੰਦਾ ਵੀ ਹੈ ਨਾ ਨਵਾਂ ਹੀ ਹੈਗਾ, ਪਰ ਉਹ ਇੱਕ ਦੋ ਦਿਨ ਦਾ ਚਾਅ ਹੀ ਹੁੰਦਾ ਹੈ ਨਾ ਪਿੰਡਾਂ ਵਾਲਿਆਂ ਦਾ। ਸਾਨੂੰ ਖਾਸ ਕਰਕੇ ਜਦੋਂ ਬਾਹਰੋਂ ਆਉਂਦੇ ਨੇ ਚੱਲ ਕੱਪੜੇ ਹੈ ਨਾ ਬੈੱਡ 'ਤੇ, ਚੱਲ ਕੱਪੜੇ ਸੋਫੇ 'ਤੇ, ਅਤੇ ਸੋਫੇ ਵੀ ਹੈ ਨਾ ਕਾਫੀ ਸਾਡੇ ਪੁਰਾਣੇ ਹੋ ਗਏ ਹੁਣ, ਕਿਉਂਕਿ ਮੇਰੀ ਮੈਰਿਜ ਵੇਲੇ ਦੀ ਨੇਗੇ, ਹੁਣ ਸੋਚ ਰਹੇ ਸੀਗੇ ਵੀ ਇੰਨਾ ਮਿਲੇ ਹੋਣੇ ਆ, ਸਾਰੇ ਘਰ ਦਾ ਅਸੀਂ ਨੇ ਇੰਨਾ ਖਲਾਰਾ ਪਾਤਾ, ਅਤੇ ਚਲੋ ਸਫਾਈ ਕਰਕੇ ਹੈ ਨਾ ਮਨ ਨੂੰ ਵੀ ਸਕੂਨ ਮਿਲਦਾ ਹੈਗਾ। ਅਤੇ ਗਰਮੀ ਵੀ ਬਹੁਤ ਹੈਗੀ ਹੈ ਨਾ, ਪਰ ਕੀ ਕਰੀਏ, ਸੱਪਾਂ ਨੇ ਇੰਨਾ ਡਰਾਤਾ, ਫਿਰ ਅਸੀਂ ਸਾਡਾ ਬੈੱਡਰੂਮ ਹੈ ਨਾ ਇਹਨੂੰ ਵੀ ਅਸੀਂ ਨੇ ਸਾਫ਼ ਕਰਤਾ ਚੰਗੇ ਤਰੀਕੇ ਨਾਲ ਸਫਾਈ ਕਰਕੇ, ਨਾਲ ਤਾਂ ਮਨ ਨੂੰ ਸ਼ਾਂਤੀ ਨਹੀਂ। ਹੁਣ ਤਾਂ ਨਾ ਜਦੋਂ ਕੱਪੜਾ ਵੀ ਝਾੜਦੇ ਹਾਂ ਉਦੋਂ ਵੀ ਡਰ ਲੱਗਦਾ ਵੀ ਕਿਤੇ ਇੱਥੋਂ ਵੀ ਸੱਪ ਨਾ ਨਿਕਲਿਆ, ਵੀ ਕਿਤੇ ਇੱਥੋਂ ਵੀ ਸੱਪ ਨਾ ਨਿਕਲਿਆ। ਪਲੀਜ਼ ਆਪਣੇ ਬੱਚਿਆਂ ਦੀ ਆਪਣੀ ਕੇਅਰ ਕਰੋ, ਆਪਣੇ ਘਰਾਂ ਦੀ ਨਾ ਇੱਕ ਵਾਰੀ ਸਫਾਈ ਜ਼ਰੂਰ ਕਰੋ। ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ।